अस्सलाम वालेकुम डॉक्टर साहब, क्या हाल है? वालेकुम अस्सलाम व रहमतुल्लाहि व डॉक्टर बरकातहू। साहब, हाथ दे विच G1 ਤੁਸੀਂ ਫੜੀ ਵੱਦੇ ਹੋ ਔਰ G1 ਦੇ ਸੁਣਿਆ ਕਿ ਫਿਰ ਰੇਟ ਉੱਤੇ ਜਾ ਰਹੇ ਹਨ ਔਰ ਲੋਕਾਂ ਨੂੰ ਪਤਾ ਚੱਲ ਗਿਆ ਕਿ G1 ਤੋਂ ਕਾਫੀ ਲੋਕ ਪੈਸਾ ਕਮਾ ਸਕਦੇ ਹਨ। ਇਹਦੇ ਬਾਰੇ ਦੱਸੋ, G1 ਦੇ ਤਫਸੀਲੀ ਗੱਲ ਦੱਸੋ ਅੱਜ। ਇਹਦੇ 'ਚ ਸਿਰਫ ਇਹ ਚੀਜ਼ ਆ ਕਿ ਇਹਨੂੰ ਥੋੜ੍ਹਾ ਜਿੰਨਾ ਜ਼ਿਮੀਂਦਾਰ ਜਿਹੜਾ ਸੀ ਨਾ ਸਮਝ ਨਹੀਂ ਪਾਇਆ, ਹੁਣ ਤਾਂ ਜ਼ਿਮੀਂਦਾਰ ਦਾ ਫਾਇਦੇਮੰਦ ਤਾਂ ਹੁਣ ਹੋਇਆ ਨਾ, ਕਿਉਂਕਿ ਜ਼ਿਮੀਂਦਾਰ ਦੀ ਪਹੁੰਚ ਦੇ ਵਿੱਚ ਆ ਜੀ। ਕਿ 2,000-2,500 ਰੁਪਏ ਨੂੰ ਕਿਲੋ ਵਾਲਾ ਬੀਜ ਲੈ ਕੇ ਤੇ ਜ਼ਿਮੀਂਦਾਰ ਲਾ ਸਕਦਾ ਵਾ, ਜੇ ਇਸ ਤੋਂ ਥੱਲੇ ਵੀ ਉਹਨੂੰ ਮਿਲ ਸਕੇ ਤੇ ਉਹ ਲਾ ਸਕਦਾ। ਤੇ ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਨਾ ਹੁਣ ਇਹ ਆ ਕਿ ਇਹ ਤਕਰੀਬਨ 8 ਟਨ ਤੋਂ ਲਾ ਕੇ ਤੇ 10 ਟਨ ਤੱਕ ਡਰਾਈ ਨਿਕਲਦਾ। ਅੱਛਾ, ਜਦੋਂ ਇਹ 10 ਟਨ ਨਿਕਲ ਆਵੇ, 10 ਟਨ ਦਾ ਮਤਲਬ ਇਹ ਆ ਕਿ 10,000 ਕਿਲੋ, ਠੀਕ ਹੈ। 10,000 ਕਿਲੋ ਨੂੰ ਤਿੰਨ ਦੇ ਨਾਲ 300 ਤੋਂ ਥੱਲੇ ਤੇ ਨਹੀਂ ਨਾ ਜਾ ਸਕਦਾ ਜੀ। ਨਹੀਂ ਬਿਲਕੁਲ, 300 ਤੋਂ ਕਰੀਏ ਤੇ 30 ਲੱਖ ਰੁਪਇਆ ਬਣਦਾ, ਜੇ 5 ਦੇ ਨਾਲ ਕਰੀਏ ਤੇ 50 ਲੱਖ ਰੁਪਇਆ ਬਣਦਾ, ਜੇ ਉਹਨੂੰ 1,000 ਰੁਪਏ ਦੇ ਨਾਲ ਕਰੀਏ ਤੇ 1 ਕਰੋੜ ਰੁਪਇਆ ਬਣਦਾ। ਠੀਕ ਹੈ। ਕਿਹੜੀ ਫਸਲ ਆ, ਜੇ ਉਹਦਾ ਬੀਜ ਆਪਣਾ ਹੋ ਜਾਵੇ, ਐਕੀ ਸਾਲ ਉਹ ਬੀਜ ਲਵੇ, ਆਪਣਾ ਬੀਜ ਬਣਾ ਲਵੇ, ਅਗਲੇ ਸਾਲ ਉਹ ਬੀਜੇ, ਬੀਜ ਕੇ ਤੇ ਅਗਲੇ ਸਾਲ ਵੀ 300 ਤੋਂ ਥੱਲੇ ਤੇ ਨਹੀਂ ਜਾਊਗਾ, 500 ਤੋਂ ਥੱਲੇ ਤੇ ਨਹੀਂ ਜਾਊ, ਜਾਂ 1,000 ਰੁਪਏ ਕਿਲੋ ਤੋਂ ਥੱਲੇ ਤੇ ਨਹੀਂ ਜਾਊ। ਬਿਲਕੁਲ। ਇਸ ਕਰਕੇ ਨਾ ਜ਼ਿਮੀਂਦਾਰ ਨੂੰ ਹੁਣ ਇਹਦੇ ਉੱਤੇ ਕੰਮ ਕਰਨਾ ਚਾਹੀਦਾ। ਠੀਕ ਹੈ। ਲਿਹਾਜ਼ਾ ਇਹ ਬੜੀ ਅੱਛੀ ਫਸਲ ਆ। ਇਹ ਸਭ ਤੋਂ ਮਜ਼ੇਦਾਰੀ ਦੀ ਬਾਤ ਇਹ, ਇਹਨੂੰ DAP ਨਾ ਪਾਵੇ, ਗੋਬਰ ਪਾ ਲਵੇ, ਜਿੰਨਾ ਜਿੰਨਾ ਗੋਬਰ ਉਹਦੇ ਕੋਲ ਹੈਗਾ ਨਾਲੋਂ ਨਾਲ ਗੋਬਰ ਗੋਬਰ ਪਾਈ ਜਾਵੇ, ਉਸ ਟਾਈਮ ਇਹਨੂੰ ਤਾਜ਼ਾ ਵੀ ਗੋਬਰ ਪਾਈ ਜਾਵੇ ਤੇ ਇਹ ਬਰਦਾਸ਼ਤ ਕਰਦਾ ਵਾ। ਠੀਕ ਹੈ। ਔਰ ਗੋਬਰ ਦੇ ਨਾਲ ਹੀ ਇਹ ਬਹੁਤ ਅੱਛਾ ਹੁੰਦਾ ਵਾ, ਆਰਗੈਨਿਕ, ਇਹਨੂੰ ਜਿੰਨਾ ਇਹਨੂੰ ਆਰਗੈਨਿਕ ਰੱਖੀ ਉਨਾ ਹੀ ਅੱਛਾ ਤਿਆਰ ਹੁੰਦਾ। ਦੇਖੋ ਇਹ ਕਿੱਡੀ ਕਿੱਡੀਆਂ ਮੋਟੀਆਂ ਤੁਰੀਆਂ ਨੇ ਜੀ ਜੀ ਔਰ ਇਸੇ ਤਰੀਕੇ ਨਾਲ ਇਹਦੇ 'ਚ ਆ, ਇਹਦੇ ਨਾਲ ਵੀ ਵੱਡੇ ਗੰਢੇ ਹੈਗੇ ਨੇ, ਲੇਕਿਨ ਮੈਂ ਸਿਰਫ ਦਿਖਾਲਣ ਵਾਸਤੇ ਵੀ ਚਲੋ ਇੰਨਾ ਜਿੰਨਾ ਥੋਮ ਜਿਹੜਾ ਨਾ ਇਹ ਦਿਖਾ ਦਈਏ। ਠੀਕ ਹੈ। ਇਹ ਨਾਰਕ G1 ਥੋਮ ਆ, ਅਸਲੀ ਜਿਹੜਾ ਨਾਰਕ G1 ਥੋਮ ਆ ਉਹਦੀ ਕਪੈਸਿਟੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਹੈ, ਯਾਨੀ ਕਿ ਉਹਦੀ ਇਹ ਹਾਰਵੈਸਟ ਕਰੀਏ ਤੇ ਬਹੁਤ ਜ਼ਿਆਦਾ ਨਿਕਲਦਾ, ਮਾਸ਼ਾਅੱਲਾ ਬੜਾ ਅੱਛਾ ਰਿਸਪੌਂਸ ਦਿੰਦਾ ਹੈ। ਇਹ ਜ਼ਿਮੀਂਦਾਰਾਂ ਨੂੰ ਇਹਨਾਂ 'ਤੇ ਇਸ ਟਾਈਮ ਕੰਮ ਕਰਨਾ ਚਾਹੀਦਾ, ਜ਼ਿਮੀਂਦਾਰ ਨੂੰ ਲਾਉਣਾ ਚਾਹੀਦਾ। ਔਰ ਜਦੋਂ ਇਹ 300-500 ਕਿਲੋ ਹੋਏਗਾ ਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਇਹਨਾਂ ਕੋਲ ਖਰੀਦਣਗੀਆਂ ਔਰ ਉਸੇ ਕੋਲ ਹੀ ਜ਼ਿਆਦਾ ਖਰੀਦਣਗੇ ਜਿਹਦੇ ਕੋਲ ਜ਼ਿਆਦਾ ਲੱਗਿਆ ਹੋਏਗਾ। ਜਿਹਦੇ ਕੋਲ ਥੋੜ੍ਹਾ ਲੱਗਿਆ ਹੋਏਗਾ ਨਾ, ਉਹਨੂੰ ਵੇਚਣਾ ਜ਼ਰਾ ਕੁ ਡਿਫੀਕਲਟ ਲੱਗੇਗਾ, ਲੇਕਿਨ ਮੈਂ ਕਿ ਹੌਸਲਾ ਕਰਕੇ ਆਪਣੀ ਆੜ ਦੇ ਉੱਤੇ, ਸਬਜ਼ ਮੰਡੀ ਫੈਸਲਾਬਾਦ ਮੇਰੀ ਆੜ ਦੀ ਦੁਕਾਨ ਵੀ ਆ, ਮੈਂ ਆਪਣੀ ਦੁਕਾਨ ਦੇ ਉੱਤੇ ਸੇਲ ਕਰਨਾ ਸ਼ੁਰੂ ਕਰ ਦਿੱਤਾ ਵਾ, ਮਾਸ਼ਾਅੱਲਾ ਬੜੀ ਅੱਛੀ ਸੇਲ ਜਾ ਰਹੀ ਆ, ਉਹਨੂੰ ਡੀਲ ਮੈਂ ਆਪ ਹੀ ਕਰਦਾ। ਮੇਰਾ ਸਰਗੋਧਾ ਵਿੱਚ ਵੀ ਤੁਹਾਡੇ ਕੋਲ G1 ਹੈ? ਹਾਂਜੀ, ਮੇਰੇ ਕੋਲ ਸਬਜ਼ ਮੰਡੀ ਦੇ ਵਿੱਚ ਜਿਹੜਾ G1 ਮੈਂ ਸੇਲ ਕਰਦਾ ਪਿਆ ਜੀ ਜੀ, ਉਹ ਜ਼ਿਮੀਂਦਾਰਾਂ ਦਾ ਕਰਦਾ ਪਿਆ ਵਾਂ, ਜ਼ਿਮੀਂਦਾਰਾਂ ਦਾ ਵੀ ਕਰਦਾ, ਮੇਰੇ ਕੋਲ ਆਪਣਾ ਵੀ ਹੈ। ਮਾਸ਼ਾਅੱਲਾ, ਤਕਰੀਬਨ ਮੇਰੇ ਕੋਲ ਇਸ ਟਾਈਮ 50 ਟਨ ਜਿਹੜਾ ਨਾ ਮੇਰੇ ਕੋਲ ਆਪਣੇ ਜ਼ਾਤੀ ਤੌਰ ਤੇ ਮੇਰੇ ਕੋਲ ਹੈਗਾ, ਜਿਹੜਾ ਕਿ ਮੈਂ ਸੇਲ ਦੇ ਵਿੱਚ ਸੇਲ ਕਰਨਾ। ਠੀਕ। ਔਰ ਬਹੁਤ ਜੀ ਜਗ੍ਹਾ ਦੇ ਉੱਤੇ ਅਸੀਂ ਇਹ ਦੂਸਰਾ ਅਸੀਂ ਤਰੀਕੇ ਕਰ ਇਹ ਵੀ ਕਰ ਰਹੇ ਹਾਂ ਕਿ ਜਿਹੜੇ ਜ਼ਿਮੀਂਦਾਰ ਕੋਲ ਜ਼ਮੀਨ ਨਹੀਂ ਹੈਗੀ ਇਨਵੈਸਟਮੈਂਟ ਕਰਕੇ ਤੇ ਉਹ ਸਾਡੇ ਕੋਲ ਬਿਜਾਈ ਕਰਵਾ ਲੈਣ, ਅਸੀਂ ਉਹ ਇਹ ਵੀ ਕਰਕੇ ਦੇ ਦਵਾਂਗੇ ਇਨਸ਼ਾਅੱਲਾ ਤਾਲਾ। ਠੀਕ। ਇਹ ਵੀ ਕਰ ਵੀ ਰਹੇ ਹਾਂ, ਪਹਿਲੇ ਤੋਂ ਹੀ ਅਸੀਂ ਕਰ ਰਹੇ ਹਾਂ ਕਿ ਅਸੀਂ 40% ਜਿਹੜਾ ਵਾ ਅਸੀਂ ਹਰ ਕੰਮ ਦੇ ਵਿੱਚ, ਜ਼ਮੀਨ ਸਾਡੀ, ਹਰ ਕੰਮ ਸਾਡਾ, ਖਰਚਾ ਸਾਡਾ, ਹਾਰਵੈਸਟ ਸਾਡੀ, ਹਾਰਵੈਸਟ ਕਰਕੇ ਅਸੀਂ ਜਿਹੜਾ ਨਾ ਉਹਨੂੰ 60% ਦਾਂਗੇ। ਔਰ ਇਹਦੇ ਨਾਲ ਜ਼ਿਮੀਂਦਾਰ ਜਿਹੜੇ ਨਾ ਮੁਲਕੋਂ ਬਾਹਰ ਬੈਠੇ ਨੇ ਕਾਫੀ ਸਾਰੇ ਪਾਕਿਸਤਾਨੀ, ਹਾਂ, ਉਹ ਇਨਵੈਸਟਮੈਂਟ ਕਰਕੇ ਪਾਕਿਸਤਾਨ ਦੇ ਵਿੱਚ ਵੀ ਰਹਿ ਕੇ ਵੀ ਬੰਦਾ ਇੱਦਾਂ ਕਰ ਸਕਦਾ, ਜਦੋਂ ਮਰਜ਼ੀ ਆਪਣੇ ਪਲਾਟ ਨੂੰ ਜਿਹਦੇ ਵਿੱਚ ਲਾਇਆ ਦਾ ਉਹਨੇ, ਉਹ ਜਦੋਂ ਮਰਜ਼ੀ ਆਪਣਾ ਹਾਰਵੈਸਟ ਕਰਨ ਵਾਸਤੇ ਤੋਂ ਪਹਿਲੇ ਜਿੰਨੋਂ ਮਰਜ਼ੀ ਆਪਣਾ ਦੇਖੇ, ਜਦੋਂ ਹਾਰਵੈਸਟ ਆਵੇ ਆਪਣੇ ਕੋਲ ਖੜੇ ਹੋ ਕੇ ਹਾਰਵੈਸਟ ਕਰਾਵੇ, ਉਸੇ ਟਾਈਮ ਤਲਾਵੇ, ਤਲਾ ਕੇ ਆਪਣਾ ਸੈਡ ਤੇ ਕਰ ਲਏ, ਜੇ ਉਹਨੇ ਅੱਗੇ ਸਾਡੇ ਨਾਲ ਫਿਰ ਪਲਾਨਿੰਗ ਕਰਨੀ ਆ ਤੇ ਉਸੇ ਤਰ੍ਹਾਂ ਦੇ ਉੱਤੇ ਅੱਗੇ ਵੀ ਚੱਲ ਸਕਦਾ। ਵਾਹ ਜੀ ਵਾਹ ਡਾਕਟਰ ਸਾਹਿਬ, ਜ਼ਬਰਦਸਤ। ਡਾਕਟਰ ਸਾਹਿਬ, ਇਹਦਾ ਮਤਲਬ ਤੁਹਾਡੇ ਕੋਲ ਬੀਜ ਲੈਣ ਵਾਸਤੇ ਦੋਸਤ ਹੈ ਜਾਂ ਸਕਰੀਨ ਤੇ ਨੰਬਰ ਮੌਜੂਦ ਹੈ, ਉਸ ਤੇ ਕਾਲ ਕਰ ਸਕਦੇ ਨੇ।
ਬਿਲਕੁਲ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮਾਸ਼ਾਅੱਲਾ ਤੁਸੀਂ ਵੀ ਮੈਂ ਇੱਕ ਫਾਰਮ ਤੇ ਆਇਆ ਸੀਗਾ ਜਿੱਥੇ ਤੁਹਾਨੂੰ ਮੈਂ ਵੀਡੀਓ ਕਰਵਾ ਰਿਹਾ ਇਹ ਵੈਸੇ ਡੈਰੀ ਫਾਰਮ ਆ ਠੀਕ ਹੋ ਗਿਆ ਮਾਸ਼ਾਅੱਲਾ ਜੀ ਵਾਹ ਜੀ ਵਾਹ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਇਨਸ਼ਾਅੱਲਾ ਡਾਕਟਰ ਸਾਹਿਬ ਤੁਹਾਡੀ ਵੀਡੀਓ ਦੋਸਤਾਂ ਨੂੰ ਵੇਖ ਕੇ ਬਹੁਤ ਫਾਇਦਾ ਹੋਏਗਾ ਔਰ ਇਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਦਿਓ ਇਜਾਜ਼ਤ ਮਿਲਦੇ ਹੈ ਨਈ ਵੀਡੀਓ ਚ ਅੱਲਾ ਹਾਫਿਜ਼।